ਸਤਿ ਸ਼੍ਰੀ ਅਕਾਲ ਦੋਸਤੋ, ਟੌਪ 10 ਬੈਸਟ ਲਿਸਟ ਐਵਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਉਸ ਅਦਾਕਾਰ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਬਹੁਤ ਸਾਰੀ ਪੰਜਾਬੀ ਫਿਲਮਾਂ, ਟੀਵੀ ਸੀਰੀਅਲਸ, ਪੰਜਾਬੀ ਸੌਂਗ ਤੇ ਯਾਰ ਜਿਗਰ ਇੱਕ ਸੂਤੀ ਡਿਗਰੀ ਵਰਗੇ ਵੈਬ ਸੀਰੀਜ਼ ਵਿੱਚ ਆਪਣੀ ਅਦਾਕਾਰੀ ਦੇ ਜ਼ੋਰ ਦਿਖਾਏ ਨੇ। ਜੀ ਹਾਂ ਦੋਸਤੋ, ਮੇਰੀ ਮੁਰਾਦ ਹੈ ਲਾਲੀ, ਜਿਨ੍ਹਾਂ ਨੂੰ ਆਪਾਂ ਪੰਜਾਬੀ ਇੰਡਸਟਰੀ ਵਿੱਚ ਅੰਮ੍ਰਿਤ ਅੰਬੀ ਦੇ ਨਾਮ ਤੋਂ ਵੀ ਜਾਣਦੇ ਹਾਂ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹਨਾਂ ਦੇ ਜ਼ਿੰਦਗੀ ਸਫ਼ਰ, ਸਟਰਗਲ, ਕਰੀਅਰ ਤੇ ਫੈਮਿਲੀ ਬਾਰੇ ਗੱਲ ਕਰਾਂਗੇ। ਇਸ ਤੋਂ ਪਹਿਲਾਂ ਦੋਸਤੋ, ਤੁਸੀਂ ਵੀ ਯਾਰ ਜਿਗਰ ਇੱਕ ਸੂਤੀ ਡਿਗਰੀ ਵਾਲੇ ਲਾਲੀ ਦੇ ਫੈਨ ਹੋ ਤਾਂ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਆਪਣੇ ਹੀ ਚੈਨਲ ਟੌਪ 10 ਬੈਸਟ ਲਿਸਟ ਐਵਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਇੱਥੇ ਅਸੀਂ ਤੁਹਾਡੇ ਲਈ ਏਦਾਂ ਦੀਆਂ ਵੀਡੀਓਸ ਲੈ ਕੇ ਆਉਂਦੇ ਹੀ ਰਹਿੰਦੇ ਹਾਂ। ਚਲੋ ਦੋਸਤੋ, ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਝਾਤ ਮਾਰਦੇ ਹਾਂ ਲਾਲੀ ਯਾਨੀ ਕਿ ਅੰਮ੍ਰਿਤ ਅੰਬੀ ਦੇ ਜੀਵਨ ਤੇ। ਅੰਮ੍ਰਿਤ ਅੰਬੀ ਦਾ ਜਨਮ 20 ਜਨਵਰੀ 1993 ਨੂੰ ਪਿੰਡ ਗੋਬਿੰਦਪੁਰਾ ਜਵਾਰ ਵਾਲਾ ਜ਼ਿਲ੍ਹਾ ਸੰਗਰੂਰ ਵਿਖੇ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਪਿਤਾ ਸਰਦਾਰ ਦਰਸ਼ਨ ਸਿੰਘ ਦੇ ਘਰ ਹੋਇਆ। ਇਹਨਾਂ ਨੇ ਸਕੂਲੀ ਪੜ੍ਹਾਈ ਅਕਾਲ ਅਕੈਡਮੀ ਤੇ DAV ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਪੜ੍ਹਾਈ ਨੂੰ ਅੱਗੇ ਵਧਾਉਂਦੇ ਹੋਏ ਇਹਨਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਡਿਪਲੋਮਾ ਕੀਤਾ। ਡਿਪਲੋਮੇ ਤੋਂ ਬਾਅਦ ਇਹਨਾਂ ਨੇ ਜਸਮੇਰ ਸਿੰਘ ਜੈਜੀ ਕਾਲਜ ਤੋਂ ਗ੍ਰੈਜੂਏਸ਼ਨ ਕੰਪਲੀਟ ਕੀਤੀ। ਗ੍ਰੈਜੂਏਸ਼ਨ ਦੌਰਾਨ ਅੰਮ੍ਰਿਤ ਅੰਬੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਉਹਨਾਂ ਨੇ ਦੱਸਿਆ ਸਟਾਰਟਿੰਗ ਵਿੱਚ ਜਦੋਂ ਸਟੇਜ ਤੇ ਚੜ੍ਹਦੇ ਸਨ ਤਾਂ ਕਈ ਵਾਰੀ ਉਹਨਾਂ ਦੀਆਂ ਲੱਤਾਂ ਵੀ ਕੰਬਣ ਲੱਗ ਜਾਂਦੀਆਂ ਸਨ। ਇਸ ਦੌਰਾਨ ਅੰਮ੍ਰਿਤ ਅੰਬੀ ਦੇ ਰਿਸਪੈਕਟਰ ਸਰ ਬਲਦੇਵ ਸਿੰਘ ਜੀ ਨੇ ਉਹਨਾਂ ਨੂੰ ਹੌਸਲਾ ਦੇ ਕੇ ਕਾਲਜ ਵਿੱਚ ਹੋਣ ਵਾਲੇ ਫੈਸਟੀਵਲ ਵਿੱਚ ਪਾਰਟਿਸਿਪੇਟ ਕਰਵਾਇਆ। ਫਿਰ ਇਸ ਤੋਂ ਬਾਅਦ ਇਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਦਿਨੋ ਦਿਨ ਆਪਣੇ ਪੈਰ ਅੱਗੇ ਵਧਾਉਂਦੇ ਗਏ ਤੇ ਗ੍ਰੈਜੂਏਸ਼ਨ ਦੌਰਾਨ ਫਿਰ ਇਹਨਾਂ ਨੇ 3 ਸਾਲ ਹਰ ਫੈਸਟੀਵਲ ਵਿੱਚ ਪਾਰਟਿਸਿਪੇਟ ਕੀਤਾ ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ MA ਪੰਜਾਬੀ ਵਿੱਚ ਐਡਮਿਸ਼ਨ ਕਰਾਈ। ਯੂਨੀਵਰਸਿਟੀ ਵਿੱਚ ਪੜ੍ਹਾਈ ਦੇ ਨਾਲ ਨਾਲ ਅੰਮ੍ਰਿਤ ਅੰਬੀ ਨੇ ਸੁਖੀ ਪਾਤਰਾਈ ਨੂੰ ਆਪਣਾ ਉਸਤਾਦ ਧਾਰਨ ਕੀਤਾ ਤੇ ਉਹਨਾਂ ਕੋਲੋਂ ਐਕਟਿੰਗ ਦੇ ਗੁਣ ਸਿੱਖ ਕੇ ਆਪਣੀ ਜ਼ਿੰਦਗੀ ਦਾ ਮਿਆਰ ਹੋਰ ਉੱਚਾ ਚੱਕ ਲਿਆ। ਅੰਮ੍ਰਿਤ ਐਮੀ ਪੰਜਾਬੀ ਯੂਨੀਵਰਸਿਟੀ ਵਿੱਚ ਹੋਣ ਵਾਲੇ ਹਰ ਇੱਕ ਫੈਸਟੀਵਲ ਵਿੱਚ ਪਾਰਟਿਸਿਪੇਟ ਕਰਦੇ ਤੇ ਆਪਣੀ ਬਿਹਤਰੀਨ ਐਕਟਿੰਗ ਨਾਲ ਸਭ ਦਾ ਮਨ ਮੋਹ ਲੈਂਦੇ। ਇੱਥੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੰਮ੍ਰਿਤ ਐਮਬੀ ਨੇ 2012 ਵਿੱਚ PTC ਪੰਜਾਬੀ ਕਮੇਡੀ ਸ਼ੋਅ ਲਾਫਟਰ ਦਾ ਮਾਸਟਰ ਸ਼ੋਅ ਵਿੱਚ ਕੁਆਟਰ ਫਾਈਨਲ ਤੱਕ ਪਾਰਟਿਸਿਪੇਟ ਕੀਤਾ ਸੀ, ਜਿੱਥੋਂ ਕਿ ਇਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਤੋਂ ਬਾਅਦ ਅੰਮ੍ਰਿਤ ਐਮਬੀ ਨੇ ਸੁਖੀ ਪਾਤਰਾਈ ਨਾਲ ਮਿਲ ਕੇ ਜੌਨ ਪਾਰਟਿਸਿਪੇਟ ਕੀਤਾ। ਫਿਰ ਇਸ ਤੋਂ ਬਾਅਦ ਇਹਨਾਂ ਨੇ ਇੰਟਰ ਜੌਨ ਫਿਲ ਕੀਤਾ। ਫਿਰ ਇਹਨਾਂ ਦੀ ਸਿਲੈਕਸ਼ਨ ਨਾਰਥ ਜੌਨ ਵਿੱਚ ਹੋਈ, ਜਿਸ ਵਿੱਚ 150 ਤੋਂ ਵੱਧ ਕਾਲਜ ਆਉਂਦੇ ਸਨ, ਜਿਸ ਵਿੱਚ ਸਿਰਫ 6 ਬੱਚੇ ਕੱਢੇ ਜਾਂਦੇ ਸਨ। ਇਸ ਵਿੱਚੋਂ ਇੱਕ ਨਾਮ ਅੰਮ੍ਰਿਤ ਐਮਬੀ ਦਾ ਸੀ ਤੇ ਇਹਨਾਂ ਨੇ ਨੈਸ਼ਨਲ ਲੈਵਲ ਤੱਕ ਥੀਏਟਰ ਵਿੱਚ ਪਾਰਟਿਸਿਪੇਟ ਕੀਤਾ ਤੇ ਹਰ ਇੱਕ ਜਗ੍ਹਾ ਤੇ ਜਿੱਤ ਪ੍ਰਾਪਤ ਕੀਤੀ ਤੇ ਆਪਣੇ ਨਾਮ ਦੇ ਨਾਲ ਨਾਲ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵੀ ਨਾਮ ਰੋਸ਼ਨ ਕੀਤਾ। ਇਸ ਤੋਂ ਬਾਅਦ ਸੰਨ 2015-16 ਵਿੱਚ ਅੰਮ੍ਰਿਤ ਐਮਬੀ ਨੂੰ ਬੈਸਟ ਥੀਏਟਰ ਆਰਟਿਸਟ ਘੋਸ਼ਿਤ ਕਰਦੇ ਯੂਨੀਵਰਸਿਟੀ ਵਿੱਚ ਗੋਲਡ ਮੈਡਲ ਨਾਲ ਨਵਾਜਿਆ ਗਿਆ। ਇਸ ਤੋਂ ਬਾਅਦ ਇਹਨਾਂ ਦੀ ਲਾਈਫ ਵਿੱਚ ਟਰਨਿੰਗ ਪੁਆਇੰਟ ਉਦੋਂ ਆਇਆ ਜਦੋਂ ਇਹਨਾਂ ਨੇ ਜੋਰਾ 10 ਨੰਬਰੀਆ ਮੂਵੀ ਤੇ ਰੋਬ ਰੱਖ ਦੀ ਸੌਂਗ ਵਿੱਚ ਆਪਣਾ ਰੋਲ ਬਾਖੂਬੀ ਨਿਭਾਇਆ। ਫਿਰ ਅੰਮ੍ਰਿਤ ਦੀ ਪੰਜਾਬੀ ਇੰਡਸਟਰੀ ਵਿੱਚ ਇੱਕ ਵੱਖਰੀ ਪਹਿਚਾਣ ਬਣ ਗਈ। ਇਸ ਤੋਂ ਬਾਅਦ ਇਹਨਾਂ ਨੇ ਸਰਦਾਰ ਮੁਹੰਮਦ, ਹਾਰਡਕੋਰ, ਜ਼ਮੀਰ ਤੇ ਹੋਰ ਕਈ ਪੰਜਾਬੀ ਮੂਵੀਜ਼ ਤੇ TV ਸੀਰੀਅਲਸ ਵਿੱਚ ਆਪਣੀ ਧਮਾਕੇਦਾਰ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਦੌਰਾਨ ਇਹਨਾਂ ਨੂੰ ਦਿਨ ਰਾਤ ਇੱਕ ਕਰ ਮਿਹਨਤ ਕਰਨੀ ਪਈ। ਇਹਨਾਂ ਦੀ ਸਾਰੀ ਮਿਹਨਤ ਦਾ ਮੁੱਲ ਉਦੋਂ ਪੈ ਗਿਆ ਜਦੋਂ ਇਹਨਾਂ ਨੂੰ ਵੈਬ ਸੀਰੀਜ਼ ਯਾਰ ਜਿਗਰ ਇੱਕ ਸੂਤੀ ਡਿਗਰੀ ਵਿੱਚ ਲਾਲੀ ਦਾ ਰੋਲ ਮਿਲਿਆ ਤੇ ਇਹਨਾਂ ਨੇ ਆਪਣੇ ਉਸ ਰੋਲ ਵਿੱਚ ਇੱਕ ਵੱਖਰੀ ਜਾਨ ਪਾ ਦਿੱਤੀ ਤੇ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਨ ਲੱਗੇ। ਹੁਣ ਇਹਨਾਂ ਨੂੰ ਲੋਕ ਅੰਮ੍ਰਿਤ ਐਮੀ ਘੱਟ ਤੇ ਲਾਲੀ ਦੇ ਨਾਮ ਤੋਂ ਜ਼ਿਆਦਾ ਜਾਣਦੇ ਨੇ। ਯਾਰ ਜਿਗਰ ਇੱਕ ਸੂਤੀ ਡਿਗਰੀ ਨੇ ਇਹਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਤੇ ਹੁਣ ਇਹਨਾਂ ਨੂੰ ਬਹੁਤ ਸਾਰੀਆਂ ਫਿਲਮਾਂ ਦੇ ਆਫਰ ਵੀ ਆਉਣ ਲੱਗ ਗਏ। ਦੋਸਤੋ, ਇਹ ਸੀ ਅੰਮ੍ਰਿਤ ਐਮਬੀ ਦਾ ਜ਼ਿੰਦਗੀ ਸਫ਼ਰ ਤੇ ਉਹਨਾਂ ਦੀ ਬਾਇਓਗ੍ਰਾਫੀ। ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਤੇ ਆਪਣੇ ਹੀ ਚੈਨਲ ਟੌਪ 10 ਬੈਸਟ ਲਿਸਟ ਐਵਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਮਿਲ ਜਾਵੇ ਤੁਹਾਨੂੰ ਸਭ ਤੋਂ ਪਹਿਲਾਂ। ਥੈਂਕਸ ਫੋਰ ਵਾਚਿੰਗ, ਬਾਏ ਬਾਏ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ।